ਮੈਂ ਆਪਣੇ ਪੇਕੇ ਗਈ ਪਿੰਡ। ਕਦੋਂ ਗਏ ਸੀ ਤੁਸੀਂ? ਰਾਤੀ 4 ਕੁ ਵਜੇ ਗਏ ਕੱਲ। ਠੀਕ ਹੈ। ਹਾਂਜੀ। ਤੇ ਉਸ ਤੋਂ ਬਾਅਦ ਮਤਲਬ ਮੇਰਾ ਬੇਟਾ ਸਕੂਲ ਚੱਲਿਆ ਸੀ, ਉਹਦੇ ਬੂਟ ਘਰ ਰਹਿ ਗਏ, ਪੇਪਰ ਪਾਉਣ ਚੱਲਿਆ ਸੀਗਾ। ਅੱਛਾ ਜੀ। ਉਹਨੇ ਜੇ ਲੋਕ ਖੋਲਿਆ ਤਾਂ ਆਂਦਾ ਮੰਮਾ ਗੇਟ ਦੇ ਅੰਦਰੋਂ ਬੰਦ ਹੋ, ਕੁੰਡਾ ਲੱਗਾ ਵਾ। ਤੇ ਮੈਂ ਨਹੀਂ ਨਹੀਂ ਮੇਰੇ ਕੋਲ ਸ਼ੈਨ ਲੱਗ ਗਿਆ ਹੋਊਗਾ। ਤੇ ਆਪਾਂ ਫਟਾਫਟ ਆਏ ਉੱਥੋਂ, ਸਾਰਾ ਪਰਿਵਾਰ, ਮੇਰੇ ਪੇਕੇ ਪਰਿਵਾਰ ਵੀ, ਮੇਰੇ ਭਾਜੀ ਵੀ ਆਏ ਨਾਲ ਹੀ। ਤੇ ਜਦੋਂ ਆ ਕੇ ਵੇਖਿਆ ਤੇ ਅੰਦਰ ਟੱਪਿਆ, ਜਦੋਂ ਗੇਟ ਖੋਲਿਆ ਬੱਚਿਆਂ ਨੇ। ਤੇ ਕਿੰਨੇ ਵਜੇ ਆਏ ਸੀ ਤੁਸੀਂ ਵਾਪਸ? ਅਸੀਂ ਅੱਜ ਸੁਬਹ ਹੀ ਆਏ ਸੀ। ਠੀਕ ਹੈ। ਹਾਂਜੀ। ਮਤਲਬ ਜੋ ਵੀ ਹੋਇਆ ਰਾਤੋਂ ਰਾਤ ਹੀ ਹੋਇਆ? ਰਾਤੋਂ ਰਾਤ ਹੀ ਹੋਇਆ ਜੀ। ਮੈਂ ਤਾਂ ਘਰ ਕਰਕੇ ਗਈ, ਬੜਾ ਵਧੀਆ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਮੇਰਾ 25,000 ਰੁਪਈਆ ਲੈ ਗਿਆ ਕਿੱਟ ਚੋਂ ਕੱਢ ਕੇ। ਹਾਂਜੀ। ਹੋਰ ਕੋਈ ਗੋਲਡ ਵਗੈਰਾ ਨਹੀਂ? ਗੋਲਡ ਅਸੀਂ ਜਮ੍ਹਾਂ ਕਰਵਾਇਆ ਸੀਗਾ। ਠੀਕ ਹੈ। ਹਾਂਜੀ। ਸਾਡਾ ਟੋਟਲ ਤੁਹਾਡਾ ਨੁਕਸਾਨ 25,000 ਦਾ ਹੋਇਆ। ਹਾਂਜੀ। ਹੋਰ ਇਸ ਤੋਂ ਇਲਾਵਾ ਕੋਈ ਕੁਛ ਨਹੀਂ? ਮੇਰੀ ਲੰਬਾਰੀ ਵੇਖੋ ਕੀ ਹਾਲਤ ਕਰ ਗਏ ਮੇਰੀ ਲੰਬਾਰੀ ਦੀ, ਇੰਨੀ ਮਹਿੰਗੀ ਲੰਬਾਰੀ ਮੇਰੀ ਕਿਤੇ। ਹੋਰ ਕੋਈ ਘਰ ਦੀ ਚੀਜ਼ ਤਾਂ ਨਹੀਂ ਛੇੜੀ ਕੋਈ? ਨਹੀਂ, ਬੈੱਡ ਫੁੱਲੇ ਹੈ ਮੇਰੇ। ਹਾਂਜੀ। ਪੇਟੀ ਫੁੱਲੀ ਹੈ। ਆ ਵੇਖੋ ਤੁਹਾਡੇ ਸਾਹਮਣੇ ਕੀ ਕਰ ਗਏ ਆ। ਪੁਲਿਸ ਨੂੰ ਕਰਤੀ ਰਿਪੋਰਟ? ਹਾਂਜੀ ਕਰਤੀ। ਕੀ ਵਿਸ਼ਵਾਸ ਦਵਾਇਆ ਉਹਨਾਂ ਨੇ? ਉਹਦੇ ਕੋਲ ਨਹੀਂ ਆਉਂਦੇ। ਐਚ ਐਸ ਸਾਹਿਬ ਨੂੰ, ਐਚ ਐਸ ਸੁਖਰਾਜ ਸਿੰਘ ਨੂੰ ਕੀਤਾ ਫੋਨ, ਉਹ ਆਉਂਦੇ ਸੀ ਅਸੀਂ ਬੰਦਾ ਭੇਜ ਦਿਆ, ਮੈਂ ਆਉਂਦੇ ਹਾਂ। ਠੀਕ ਹੈ। ਅਜੇ ਮੌਕਾ ਵੇਖਣ ਨਹੀਂ ਆਇਆ? ਨਹੀਂ, ਅਜੇ ਨਹੀਂ ਆਏ, ਆ ਰਹੇ ਆ, ਦੱਸਦੇ ਆ ਰਹੇ। ਕੀ ਮੰਗ ਕਰਦੇ ਹੋ? ਮੰਗ ਕਰਦੇ ਹਾਂ ਵੀ ਜਿਹੜੇ ਦੇਖੋ ਜਿੱਦਾਂ ਚੋਰੀਆਂ ਹੋਣ ਡੀਆਂ, ਮੈਂ ਰਾਤ ਹੀ ਗਈ ਹੈ ਕੁੜੀ ਇੱਥੇ ਪੇਕੇ ਆਪਣੇ, ਅਸੀਂ ਵੀ ਆਏ ਹਾਂ ਉੱਥੇ। ਮੇਰਾ ਪਿੰਡ ਕੰਡੀੜਾ, ਮੈਂ ਐਕਸ ਸੂਬੇਦਾਰ ਖਜਾਨ ਸਿੰਘ ਆ, ਪੰਚਾਇਤ ਮੈਂਬਰ ਹਾਂ ਪਿੰਡ ਕੰਡੀੜੇ ਤੋਂ। ਅਸੀਂ ਲੀਲ ਕਲਾਂ ਹਾਂ, ਰਾਤੀ ਪ੍ਰੋਗਰਾਮ ਹੀ ਉੱਥੇ, ਅਤੇ ਇਹ ਵੀ ਗਏ ਆ ਬ੍ਰਦਰ ਮੇਰਾ, ਫੌਜ ਆਰਮੀ ਆ, ਜੇ ਐਂਡ ਕੇ ਜਾ। ਅਤੇ ਰਾਤ ਹੀ ਸ਼ਾਮੀ ਕੱਲ੍ਹ ਗਏ ਇੱਥੋਂ ਇਹ, ਅਤੇ ਸਵੇਰੇ ਬੇਟਾ ਸਕੂਲ ਜਾਣਾ, ਪੇਪਰ ਹੀ 10ਵੀਂ ਦੇ ਉੱਤੇ, ਅਤੇ ਬੂਟ ਪਾਉਣਾ ਤਾਂ ਆ, ਅਤੇ ਉਹਨੇ ਆਣ ਕੇ ਕਿਹਾ ਅੰਦਰੋਂ ਕੁੰਡਾ ਲੱਗਾ, ਅੰਦਰ ਬੰਦਾ ਕੋਈ ਇਹ, ਅਤੇ ਹੋਰ ਬੱਚਾ ਚਲੋ ਨਹੀਂ ਇਕੱਲਾ ਹੀ ਆਇਆ ਸੀ, ਅਤੇ ਮੁੜ ਕੇ ਸਾਰਾ ਪਰਿਵਾਰ ਆਇਆ ਅਤੇ ਦੇਖਿਆ ਅੰਦਰੋਂ ਕੁੰਡਾ ਲੱਗਾ। ਕੱਲ੍ਹ ਟੱਪ ਕੇ ਜਾ ਕਿੱਧਰ ਜਾਣ ਕੇ ਕਿਸੇ ਨੇ ਆ ਕੇ ਕੀਤਾ ਸਾਰਾ, ਆਣ ਕੇ ਵੇਖਿਆ ਆ ਪਿਆ ਵਾ, ਪਰਸ ਪਿਆ, ਪਰਸ ਦੇ ਵਿੱਚ ਪੈਸੇ ਹੀ ਆਉਂਦੇ, ਪਰ 25,000 ਰੁਪਇਆ, 5,000 ਰੁਪਇਆ ਬੇਟੀ ਦੀ ਮੈਰਿਜ ਸੀ, ਪਰਚੀਆਂ ਸੀ 5,000 ਦੀਆਂ ਦਸਾਂ ਵਾਲੀਆਂ, ਬਾਕੀ 20,000 ਰੁਪਇਆ ਉੱਦਾਂ ਹੀ। ਕੋਈ ਕੈਮਰੇ, ਸੀਸੀਟੀਵੀ ਕੈਮਰੇ ਲੱਗੇ ਹੋਣ? ਨਹੀਂ ਨਹੀਂ ਕੁਛ ਨਹੀਂ।